ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਖੰਨਾ ਪੁਲਿਸ ਨੇ ਇੱਕ ਵਿਦੇਸ਼ੀ ਔਰਤ ਅਤੇ ਇੱਕ ਮਰਦ ਨੂੰ 4 ਕਿਲੋ ਹੀਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੰਦਿਆਂ ਖੰਨਾ ਪੁਲਿਸ ਜ਼ਿਲ੍ਹਾ ਦੇ SSP ਧਰੁਵ ਦਈਆ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਨੇੜੇ ਪ੍ਰੈਸਟਨ ਮਾਲ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਇੱਕ ਕਾਰ ਪੁਲਿਸ ਦਾ ਨਾਕਾ ਵੇਖ ਵਾਪਸ ਮੁੜਨ ਲੱਗੀ ਤਾਂ ਉਸ ਨੂੰ ਰੋਕ ਉਸ ਦੀ ਤਲਾਸ਼ੀ ਲਿੱਤੀ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਬੈਠੀ ਵਿਦੇਸ਼ੀ ਔਰਤ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਪਹਿਲਾਂ ਵੀ ਗੁਰਬੇਜ ਸਿੰਘ ਥਾਣਾ ਸੁਲਤਾਨਪੁਰ ਲੋਧੀ ਅਤੇ ਕਾਲਾ ਵਾਸੀ ਤੋਤੀਆਂ ਨੂੰ 9 ਵਾਰ ਪਹਿਲਾਂ ਵੀ ਸਪਲਾਈ ਕੀਤੀ ਜਾ ਚੁੱਕੀ ਹੈ। ਇਹ ਜੀ ਆ ਜਿਹੜੇ ਡਰੱਗਸ ਹੈਗੇ, ਡਰੱਗ ਦੀ ਕੰਸਾਈਨਮੈਂਟ ਆਪਣੀ ਨਾਰਕੋਟਿਕ ਸੈੱਲ ਜਿਹੜਾ ਹੈਗਾ, ਜਿਨ੍ਹਾਂ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ, ASI ਸੁਖਵੀਰ ਸਿੰਘ, ਉਹਨਾਂ ਦੀ ਜਿਹੜੀ ਨਾਰਕੋਟਿਕ ਸੈੱਲ ਦੀ ਪਾਰਟੀ ਸੀ, ਇਹਨਾਂ ਨੇ ਆਪਣਾ ਸਪੈਸ਼ਲ ਨਾਕਾ ਲਾਇਆ ਸੀ ਪ੍ਰਿਸਟੀਨ ਮਾਲ 'ਤੇ। ਤਾਂ ਪ੍ਰਿਸਟੀਨ ਮਾਲ 'ਤੇ ਅੱਜ ਸਵੇਰੇ ਚੈਕਿੰਗ ਦੌਰਾਨ ਇੱਕ ਜਿਹੜੀ ਇਟੋਸ ਗੱਡੀ ਹੈਗੀ PB08CM 5711, ਇਸ ਗੱਡੀ ਨੂੰ ਜਦੋਂ ਰੋਕਿਆ ਸੀ ਤਾਂ ਰੋਕ ਕੇ ਨਾਰਕੋਟਿਕ ਪਾਰਟੀ ਨੂੰ ਚੈਕਿੰਗ ਕੀਤੀ ਤਾਂ 4 ਕਿਲੋ ਹੀਰੋਇਨ ਜਿਹੜੀ ਸੀਗੀ ਬਰਾਮਦ ਕੀਤੀ ਗਈ, ਉਹ ਪਾਈ ਗਈ ਸੀ ਗੱਡੀ ਦੇ ਵਿੱਚ। ਅਤੇ ਇਹਨਾਂ ਨੇ ਜਿਹੜੀ ਰਿਆਲ ਜੂਸ ਦੇ ਡੱਬੇ ਹੋ ਗਏ ਜਾਂ ਬਿਸਕਿਟਸ ਦੇ ਡੱਬੇ ਹੈ, ਉਹਨਾਂ ਵਿੱਚ ਇਹਨਾਂ ਨੇ ਬੇਸਿਕਲੀ ਹੀਰੋਇਨ ਦੇ 100-100 ਗ੍ਰਾਮ ਦੇ ਜਾਂ 125 ਗ੍ਰਾਮ ਦੇ ਪੈਕੇਟਸ ਬਣਾ ਕਰਕੇ ਉਹਦੇ ਵਿੱਚ ਪ੍ਰੋਪਰਲੀ ਸੀਲ ਕਰਕੇ ਛੁਪਾਇਆ ਹੋਇਆ ਸੀਗਾ। ਅਤੇ 2 ਬੰਦੇ ਗੱਡੀ ਦੇ ਵਿੱਚ ਸੀਗੇ, ਇੱਕ ਬੰਦੇ ਦਾ ਨਾਮ ਹੈਗਾ ਆਨੰਦ ਕੁਮਾਰ, ਅਤੇ ਇਸਦਾ ਜਿਹੜਾ ਏਰੀਆ ਹੈਗਾ ਪੁਲਿਸ ਸਟੇਸ਼ਨ ਪੈਂਦਾ ਇਸਦਾ ਡਿਵੀਜ਼ਨ ਨੰਬਰ 1 ਜਲੰਧਰ। ਅਤੇ ਦੂਜਾ ਹੈਗੀ ਦੂਜੀ ਆਪਣੀ ਇੱਕ ਮਿਜ਼ੋਰਾਮ ਦੀ ਲੇਡੀ ਹੈਗੀ, ਨੌਰਥ ਈਸਟ ਮਿਜ਼ੋਰਾਮ ਦੀ ਹੈਗੀ ਸ਼ਿਵਾਂਗੀ, ਪੁੱਤਰੀ ਵਨ ਲਾਫੀਮਾ ਫਾਦਰ ਦਾ ਨਾਮ ਹੈਗਾ ਐਸਵਾਲ ਮਿਜ਼ੋਰਾਮ ਤੋਂ ਇਹ ਹੈਗੇ। ਤਾਂ ਇਹਨਾਂ ਦੋਨਾਂ ਨੂੰ ਮੌਕੇ ਤੋਂ ਹੀ ਮਤਲਬ ਕਿ ਉੱਥੇ ਫੜਿਆ ਗਿਆ ਗੱਡੀ ਤੋਂ ਹੀ, ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਅਤੇ ਇਹ ਗੱਲ ਪਾਈ ਗਈ ਹੈ ਕਿ ਆਪਣਾ ਦਿੱਲੀ ਤੋਂ ਇੱਕ ਨੀਗਰੋ ਤੋਂ ਜਿਹੜਾ ਹੈਗਾ ਇਹ ਸਮਾਨ ਲੈ ਕੇ ਆਉਂਦੇ ਸੀ। ਇਹ ਅਸੀਂ ਕਹਿ ਸਕਦੇ ਹਾਂ ਕਿ ਸਾਰਾ ਸਮਾਨ ਉਸ ਨੀਗਰੋ ਦਾ ਹੈਗਾ, ਉਸਦਾ ਨਾਮ ਹੈ ਮਾਈਕ, ਔਰ ਦਿੱਲੀ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ ਨਵਾਦਾ, ਅਤੇ ਨਵਾਦਾ ਦਾ ਉਹ ਰਹਿਣ ਵਾਲਾ ਹੈ। ਇਹ ਲੇਡੀ ਜਿਹੜੀ ਹੈਗੀ ਬੇਸਿਕਲੀ ਇਸ ਨੀਗਰੋ ਦੇ ਕੰਟੈਕਟ 'ਚ ਆਈ ਸੀ, ਔਰ ਉਸ ਨੀਗਰੋ ਦੇ ਕਹਿਣ 'ਤੇ ਅੱਗੇ ਪੰਜਾਬ ਦੇ ਵਿੱਚ ਡਰੱਗਸ ਸਪਲਾਈ ਕਰਦੀ ਸੀਗੀ। ਔਰ ਉਹੀ ਜਿਹੜੀ ਪੁੱਛਗਿੱਛ ਤੋਂ ਅੱਗੇ ਗੱਲ ਸਾਹਮਣੇ ਆਈ ਹੈ, ਬੇਸਿਕਲੀ 2 ਬੰਦੇ ਹੈਗੇ, ਦੋਨਾਂ ਦਾ ਇਲਾਕਾ ਸੁਲਤਾਨਪੁਰ ਲੋਧੀ ਦਾ ਪੈਂਦਾ ਹੈਗਾ। ਪਹਿਲਾ ਬੰਦਾ ਹੈਗਾ ਗੁਰਬੇਜ ਸਿੰਘ, ਪੁੱਤਰ ਜਰਨੈਲ ਸਿੰਘ, ਅਤੇ ਦੂਜਾ ਹੈਗਾ ਕਾਲਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੰਮ ਨੂੰ ਜਿਹੜੀ ਡਰੱਗ ਪੈਡਲਿੰਗ ਇਸ ਤਰੀਕੇ ਦੀ ਹੈਗੀ, ਇਹ ਪਿਛਲੇ 2-3 ਮਹੀਨਿਆਂ ਤੋਂ ਕਰ ਰਹੀ ਹੈ। ਘੱਟੋ ਘੱਟ 9 ਵਾਰ ਇਸ ਤਰੀਕੇ ਤੋਂ ਇਹ ਪੰਜਾਬ ਦੇ ਵਿੱਚ ਆ ਚੁੱਕੇ ਹੈ, ਔਰ ਹਰੇਕ ਵਾਰ ਇਹ ਜਿਹੜੀ ਹੈਵੀ ਕੁਆਂਟਿਟੀ, ਜਿੱਦਾਂ ਇਸ ਵਾਰ ਵੀ 4 ਕਿਲੋ ਦੀ ਰਿਕਵਰੀ ਹੋਈ ਹੈ, ਇਸ ਤਰੀਕੇ ਦੀ ਹੈਵੀ ਰਿਕਵਰੀ ਇਹਨਾਂ ਨੇ ਸਮਗਲ ਕੀਤੀ ਹੈ। ਸਰ ਪਹਿਲਾਂ ਵੀ ਉੱਥੇ ਲੈ ਕੇ ਜਾਂਦੇ ਸੀ, ਪਹਿਲਾਂ ਕਿਤੇ ਅਲੱਗ ਅਲੱਗ ਜਗ੍ਹਾ 'ਤੇ ਉਹ ਅਜੇ ਜੀ, ਔਰ ਪੁੱਛਗਿੱਛ ਤੋਂ ਗੱਲਾਂ ਸਾਹਮਣੇ ਆਉਣਗੀ, ਬਟ ਡੈਫੀਨੇਟਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਸਪਲਾਈ ਰੂਟ ਹੁਣ ਨਵਾਂ ਪੁਲਿਸ ਦੇ ਸਾਹਮਣੇ ਆਇਆ ਹੈ ਕਿ ਜਿਹੜੇ ਫੋਰ ਐਗਜ਼ਾਮਪਲ ਇਹ ਖੁਦ ਨੌਰਥ ਈਸਟ ਤੋਂ ਹੈਗੇ, ਤਾਂ ਲੋਕਲ ਜਿਹੜੇ ਇੰਡੀਅਨਸ ਹੈਗੇ ਨਾਈਜੀਰੀਅਨਸ ਦੇ ਨਾਲ ਰਲ ਕੇ, ਠੀਕ ਹੈ, ਇੱਕ ਇੰਨਾ ਲੌਂਗ ਡਿਸਟੈਂਸ ਟ੍ਰਾਂਜੈਕਸ਼ਨ ਕਰ ਰਹੇ ਹੈ, ਦਿੱਲੀ ਤੋਂ ਕਪੂਰਥਲਾ ਤੱਕ ਸੁਲਤਾਨਪੁਰ ਲੋਧੀ ਤੱਕ ਜਿਹੜਾ ਹੈਗਾ 4 ਕਿਲੋ ਬਹੁਤ ਹੈਵੀ ਰਿਕਵਰੀ ਹੈਗੀ, ਹੈਵੀ ਕੁਆਂਟਿਟੀ ਹੈ ਜਿਹੜੀ ਕਿ ਅੱਗੇ ਸਪਲਾਈ ਕਰ ਰਿਹਾ। ਇਹਨਾਂ ਨੇ ਉੱਥੇ ਅੱਗੇ ਸਪਲਾਈ ਕਰਕੇ ਉਹਨਾਂ ਤੋਂ ਪੈਸੇ ਕਲੈਕਟ ਕਰਕੇ ਅੱਗੇ ਨਾਈਜੀਰੀਆ ਨੂੰ ਸਪਲਾਈ ਕਰਨੇ ਸੀ। ਤਾਂ ਇਸ ਕੇਸ ਤੋਂ ਬੇਸਿਕਲੀ ਖੰਨਾ ਪੁਲਿਸ ਨੇ ਪੂਰਾ ਜਿਹੜਾ ਸਪਲਾਈ ਚੇਨ ਹੈ ਉਹ ਸਪਲਾਈ ਚੇਨ ਟਰੇਸ ਕੀਤੀ ਹੈ। ਇਹਦੇ ਵਿੱਚ ਟੋਟਲ 5 ਬੰਦੇ ਇਨਵੋਲਵਡ ਹੈ, 2 ਪੁਲਿਸ ਨੇ ਫੜਨੀ ਹੈ, ਇੱਕ ਆਪਣਾ ਮੇਨ ਨਾਈਜੀਰੀਅਨ ਹੈ ਜਿਸਦਾ ਇਹ ਮਾਲ ਹੈ ਮਾਈਕ, ਅਤੇ ਉਸ ਤੋਂ ਇਲਾਵਾ 2 ਬੰਦੇ ਕਪੂਰਥਲਾ ਦੇ ਹੈਗੇ, ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ, ਅਤੇ ਉਹ ਬੰਦੇ ਹੈਗੇ ਸਾਰੇ ਨਾਮਜ਼ਦ ਕਰਕੇ ਉਹ ਵੀ ਪੁਲਿਸ ਨੇ ਆਈਡੈਂਟੀਫਾਈ ਕਰ ਲਈ, ਉਹ ਵੀ ਜਲਦੀ ਜਲਦੀ ਜਿਹੜੇ ਹੈਗਾ ਗ੍ਰਿਫਤਾਰ ਕੀਤੇ ਜਾਣਗੇ। ਬਾਕੀ ਅੱਗੇ ਔਰ ਇਹਨਾਂ ਦੇ ਕਸਟਮਰਸ ਕੌਣ ਸੀਗੇ, ਉਹ ਫਰਦਰ ਇਨਵੈਸਟੀਗੇਸ਼ਨ ਤੋਂ ਗੱਲਾਂ ਜਿਹੜੀਆਂ ਸਾਹਮਣੇ ਆਉਣਗੀਆਂ। ਮੇਰਾ ਟੈਕਸੀ ਦਾ ਕੰਮ ਹੈ, ਕਹਿੰਦੇ ਵੀ ਤੇਰਾ ਹੀ ਹੈ ਵਿੱਚ? ਨਹੀਂ 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 ਮੇਰੀ ਟੈਕਸੀ ਦਾ ਕਿੰਨਾ ਚਿਰ ਤੋਂ ਜਾ ਰਹੇ ਹੋ ਤੁਹਾਨੂੰ ਟੈਕਸੀ ਨਾਲ? ਮੈਨਾਂ ਤਾਂ 1-2 ਵਾਰੀ ਕਿਤੇ ਗਏ, 1-2 ਕਿਤੇ ਮਹੀਨਾ ਪਹਿਲਾਂ ਇੱਕ, ਹੁਣ ਮੈਂ ਤਾਂ ਦਿੱਲੀ ਜਾਈਦਾ। ਤੈਨੂੰ ਪਤਾ ਸੀ ਵੀ ਕੰਮ ਕਰ ਰਹੇ ਨੇ? ਨਾ 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 ਨਾ, ਕਿੱਥੋਂ ਲੈ ਕੇ, ਕਿੱਥੇ ਜਾਣਾ, ਕਿੱਥੋਂ ਲੈ ਕੇ? ਇਹ ਨਹੀਂ ਮੈਨੂੰ ਪਤਾ ਸੀ ਕੁਛ। ਤੁਸੀਂ ਲੈ ਕੇ ਕਿੱਥੋਂ ਆਏ ਸੀ ਉਹਨੂੰ? ਫਿਰ ਇਹਨਾਂ ਨੂੰ ਦਿੱਲੀ ਕਿੱਥੇ ਜਾਣਾ ਸੀਗਾ? ਇਹ ਬੱਸ ਸਟੈਂਡ ਦਾ ਉਤਾਰ ਦੀ ਦਾ ਬੱਸ। ਕਿਹੜੇ ਬੱਸ ਸਟੈਂਡ ਤੇ? ਕਿੱਥੇ ਜਾਂਦਾ ਬੱਸ? ਪਹਿਲਾਂ ਵੀ ਲੈ ਕੇ ਆਇਆ, ਪਹਿਲਾਂ ਵੀ ਲੈ ਕੇ ਆਇਆ ਇੱਕ ਵਾਰੀ ਅੱਗੇ ਆਈ। ਇਹ ਨਾਮ ਕੀ ਤੁਹਾਡਾ? ਕੀ ਨਾਮ ਹੈ? ਮੇਰਾ ਨਾਮ ਅਨੰਦ। ਕਿੰਨਾ ਕਿਹੜਾ ਪੈਸੇ ਦਿੰਦੇ ਤੁਹਾਨੂੰ ਇੱਕ ਗੇੜ ਦੇ? ਹਾਂਜੀ, ਇੱਕ ਗੇੜ ਦੇ ਕਿੰਨੇ ਪੈਸੇ ਮਿਲਦੇ ਸੀਗੇ? 4000 ਰੁਪਏ। ਬਿਊਰੋ ਰਿਪੋਰਟ, ਦਾ ਟੀਵੀ, NRI।